ਖੇਡਾਂ ਅਤੇ ਬਾਕੀ ਮੈਨੂੰ ਪਿਆਰ ਕਰਨ ਵਾਲਿਆਂ ਦਾ ਪਿਆਰ ਆ ਅਤੇ ਇਹਨਾਂ ਦੀਆਂ ਬੈਸਟ ਵਿਸ਼ਿਜ਼ ਮੇਰੇ ਨਾਲ ਆ ਹਮੇਸ਼ਾ ਅਤੇ ਪਰਮਾਤਮਾ ਦੀ ਮੇਰੇ ਨਾਲ ਹੋਰ ਮਿਹਨਤ ਕਰਾਂਗੇ ਅਤੇ ਹੋਰ ਵਧੀਆ ਖੇਡਣ ਦੀ ਟਰਾਈ ਕਰਾਂਗੇ ਅਤੇ ਬੇਬੇ ਬਾਪੂ ਦੀ ਫਿਰ ਪੂਰੀ ਹੱਲਾਸ਼ੇਰੀ ਹੁੰਦੀ ਹੈ ਹਾਂ ਬੇਬੇ ਬਾਪੂ ਦੀ ਬਹੁਤ ਹੱਲਾਸ਼ੇਰੀ ਆ ਪਰ ਹੁਣ ਕਈ ਵਾਰ ਜਦੋਂ ਸੱਟ ਸੁੱਟ ਵੱਜਦੀ ਹੈ ਤਾਂ ਉਹ ਕਹਿ ਦਿੰਦੇ ਆ ਵੀ ਨਾ ਪੁੱਤ ਹੁਣ ਬਹੁਤ ਹੋ ਗਿਆ ਇੱਦਾਂ ਫਲਾਨਾ ਪਰ ਹੁਣ ਕਹੀਦਾ ਵੀ ਬੇਬੇ ਬਾਪੂ ਚਲੋ ਆਪਣੇ ਲਈ ਬਹੁਤ ਖੇਡੇ ਅਤੇ ਹੁਣ ਚਾਹੁਣ ਵਾਲਿਆਂ ਲਈ ਅਤੇ ਕਬੱਡੀ ਲਈ ਕੁਛ ਕਰੀਏ ਅਤੇ ਉਹਦੇ ਲਈ ਚੱਲ ਰਿਹਾ ਕੰਮ ਜੀ ਖੁਸ਼ੀ ਜੀ ਆਉਣ ਵਾਲੇ ਮੈਚਾਂ ਲਈ ਵੀ ਤੁਹਾਨੂੰ ਸਾਡੇ ਵੱਲੋਂ ਬੈਸਟ ਆਫ ਲੱਕ ਹੈ ਲਾਈਵ ਕਬੱਡੀ ਦੀ ਟੀਮ ਵੱਲੋਂ ਹੋਰ ਕੋਈ ਗੱਲਬਾਤ ਤੁਸੀਂ ਇਸ ਇੰਟਰਵਿਊ ਦੇ ਅੰਤ ਦੇ ਵਿੱਚ ਕਹਿਣੀ ਚਾਹੋ ਤਾਂ ਦਿਲ ਦੇ ਵਿੱਚ ਕਹਿ ਸਕਦੇ ਨਹੀਂ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਕਬੱਡੀ ਨੂੰ ਇੰਨਾ ਪਿਆਰ ਕਰਦੇ ਆ ਅਤੇ ਜਿੰਨੀ ਕਬੱਡੀ ਮਾੜੀ ਬਣਾਈ ਹੋਈ ਆ ਇੰਨੀ ਮਾੜੀ ਹੈ ਨਹੀਂ ਅਤੇ ਕਈ ਬੰਦੇ ਦੇਖਿਆ ਮੈਂ ਕਬੱਡੀ ਦੇ ਸਿਰ 'ਤੇ ਖਾ ਕੇ ਕਬੱਡੀ ਨੂੰ ਨਿੰਦਿਆ ਉਹਨਾਂ ਵਰਗਾ ਤਾਂ ਕੋਈ ਹੈ ਹੀ ਨਹੀਂ ਅਤੇ ਵੀ ਵੈਸੇ ਜੇ ਕੋਈ ਹੁੰਦੀ ਆ ਤਾਂ ਸਿੱਧੀ ਐਜ ਏ ਪਲੇਅਰ ਜਾਂ ਐਜ ਏ ਉਹਨੂੰ ਕਹੋ ਕਬੱਡੀ ਨੂੰ ਬਦਨਾਮ ਨਾ ਕਰੋ ਸਾਡੀ ਕਬੱਡੀ ਮਾਂ ਅਤੇ ਅਸੀਂ ਆਪਦੀ ਮਾਂ ਨੂੰ ਬਦਨਾਮ ਹੁੰਦੇ ਨਹੀਂ ਦੇਖ ਸਕਦੇ ਅਤੇ ਖੁਸ਼ੀ ਵੀਰੇ ਜਿਵੇਂ ਗੱਲ ਹੋਈ ਆ ਨਾ ਪਿਛਲੇ ਦਿਨਾਂ ਦੇ ਵਿੱਚ ਇੱਕ ਫੇਕ ਪਲੇਅਰ ਬੰਦਾ ਹੈ ਨਾ ਜਿਹੜਾ ਕਬੱਡੀ ਖੇਡਿਆ ਵੀ ਨਹੀਂ ਹੈਗਾ ਉਹ ਬੰਦੇ ਨੇ ਇੱਕ ਇੰਟਰਵਿਊ ਦੇ ਦਿੱਤੀ ਵੈਸੇ ਇੰਟਰਵਿਊ ਕਰਨ ਵਾਲਿਆਂ ਦੀ ਵੀ ਗਲਤ ਗੱਲ ਆ ਵੀ ਬੰਦੇ ਦਾ ਜੋ ਤੁਸੀਂ ਜਾਣਦੇ ਹੀ ਨਹੀਂ ਹੈਗੇ ਕੋਈ ਉਹਦਾ ਵੀਜ਼ਾ ਵਗੈਰਾ ਹੀ ਨਹੀਂ ਦੇਖਿਆ ਉਹ ਬੰਦੇ ਨੇ ਇੰਟਰਵਿਊ ਦਿੱਤੀ ਕਹਿੰਦਾ ਵੀ ਮੈਂ ਕੀਤਾ ਵਾਹ ਕੀਤਾ ਵੀ ਮੈਂ ਇੰਗਲੈਂਡ ਖੇਡਿਆ ਝੂਠਾ ਕਬੱਡੀ ਨੂੰ ਬਦਨਾਮ ਕੀਤਾ ਇਹੋ ਜਿਹੜੇ ਸ਼ਰਾਰਤੀ ਅੰਸਰ ਹੈ ਉਹਨਾਂ ਬਾਰੇ ਤੁਸੀਂ ਕਿੱਦਾਂ ਦੀ ਥਿੰਕਿੰਗ ਕਰਦੇ ਇਹਨਾਂ ਨੂੰ ਠੋਕ ਕੇ ਸਜ਼ਾ ਮਿਲਣੀ ਚਾਹੀਦੀ ਆ ਹੈ ਨਾ ਕਿਉਂਕਿ ਪ੍ਰਮੋਟਰ ਆ ਕੋਈ ਮੈਨੂੰ 2008 ਤੋਂ ਖੇਡ ਰਿਹਾ ਕਿ ਕੋਈ ਪ੍ਰਮੋਟਰ ਇੱਦਾਂ ਦਾ ਨਹੀਂ ਮੈਂ ਦੇਖਿਆ ਮੈਂ ਬਹੁਤ ਕਬੱਡੀ ਖੇਡੀ ਵੀ ਕੋਈ ਤੁਹਾਡੇ ਧੱਕੇ ਨਾਲ ਮੂੰਹ 'ਚ ਪਾਊ ਜਾਂ ਤੁਹਾਨੂੰ ਕੋਈ ਇੱਦਾਂ ਕਰੂਗਾ ਅਤੇ ਜਿੱਦਾਂ ਆਪਾਂ ਪੈਸੇ ਪਲੇਅਰ ਆ ਪੈਸੇ ਮੰਗ ਕੇ ਲੈਂਦੇ ਆ ਤਾਂ ਉਹਨਾਂ ਨੇ ਜੱਫੇ ਵੀ ਮੰਗ ਕੇ ਜਾਂ ਰੇਡਾਂ ਵੀ ਮੰਗ ਕੇ ਲੈਣੀਆਂ ਜਦੋਂ ਆਪਾਂ ਐਜ ਏ ਭਾਈਚਾਰਾ ਕਬੱਡੀ ਖੇਡ ਰਹੇ ਹਾਂ ਤਾਂ ਉਹਨਾਂ ਨੇ ਜੇ ਮਾੜਾ ਵੀ ਖੇਡ ਜਾਣਾ ਤਾਂ ਵੀ ਉਹਨਾਂ ਨੇ ਕਹਿਣਾ ਵੀ ਆਲੇ ਟੂਰਨਾਮੈਂਟ ਤੱਕ ਕੋਈ ਤੱਕੜਾ ਨਹੀਂ ਮਿਹਨਤ ਹੋਵੋ ਲਾਵੋ ਹੋਰ ਹੋਵੋ ਅਤੇ ਜਦੋਂ ਪਲੇਅਰ ਜਦੋਂ ਖੇਡ ਆਪਦੇ ਬੇਲੀ ਦਾ ਪਲੇਅਰ ਮੂੰਹ ਅੱਡ ਲੈਂਦੇ ਆ ਅਤੇ ਜਦੋਂ ਫਿਰ ਪ੍ਰਮੋਟਰ ਉਹ ਕਰਦੇ ਆ ਫਿਰ ਉਹ ਪ੍ਰਮੋਟਰ ਉੱਥੇ ਮਾੜੇ ਬਣ ਜਾਂਦੇ ਆ ਅਤੇ ਮੈਂ ਤਾਂ ਇੱਦਾਂ ਕਹਿੰਦਾ ਵੀ ਕਬੱਡੀ ਨੂੰ ਇੱਕ ਪਰਿਵਾਰਕ ਗੇਮ ਆ ਇਹਨੂੰ ਪਰਿਵਾਰ ਵਾਂਗੂ ਇਹ ਚਲਾਇਆ ਜਾਵੇ ਅਤੇ ਜਿਹੜੀ ਸਿਆਸਤ ਆ ਪੋਲੀਟਿਕਸ ਆ ਕਬੱਡੀ ਜੋ ਕੱਢੀ ਜਾਵੇ ਕਬੱਡੀ ਬਹੁਤ ਵਧੀਆ ਗੇਮ ਆ ਅਤੇ ਜਿੱਦੇ ਵੀ ਅਸੀਂ ਬਾਹਰ ਕਿਸੇ ਗੋਰੇ ਨੂੰ ਆਪਦੀ ਥੋੜ੍ਹੀ ਮੋਟੀ ਵੀ ਕਲਿੱਕ ਦਿਖਾ ਦਿੰਦੇ ਹਾਂ ਨਾ ਤਾਂ ਉਹ ਕਹਿੰਦੇ ਆ ਵੀ ਵਾਹ ਵੀ ਇਹ ਗੇਮ ਦੇ ਵਿੱਚ ਸੇਫਟੀ ਘੱਟ ਆ ਅਤੇ ਸਟਰਗਲ ਬਹੁਤ ਜ਼ਿਆਦਾ ਆ ਹੈ ਨਾ ਅਤੇ ਉਹ ਵੀ ਸਾਡੀ ਕਬੱਡੀ ਨੂੰ ਚਾਹੁੰਦੇ ਆ ਪਰ ਜਿਹੜੇ ਸਾਡੀ ਕਬੱਡੀ ਨੂੰ ਆਪਣੇ ਜਿਹੜੇ ਆ ਉਹ ਲਈ ਜਾਂਦੇ ਆ ਅਤੇ ਉਹ ਥੱਲੇ ਨੂੰ ਡਾਊਨ ਕਰਨ ਨੂੰ ਫਿਰਦੇ ਆ ਮੈਂ ਤਾਂ ਕਹਿੰਦਾ ਵੀ ਸਿਆਸਤ ਨੂੰ ਸਾਈਡ 'ਤੇ ਰੱਖ ਕੇ ਕਬੱਡੀ ਦੀ ਸੇਵਾ ਕੀਤੀ ਜਾਵੇ ਅਤੇ ਕਬੱਡੀ ਲਈ ਕੀਤਾ ਜਾਵੇ ਜੋ ਵੀ ਕੀਤਾ ਜਾਵੇ ਅਤੇ ਮੈਂ ਹਮੇਸ਼ਾ ਉਹਨਾਂ ਦੇ ਨਾਲ ਰਵਾਂਗਾ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ ਇਹ ਸਨ ਕਬੱਡੀ ਦੇ ਮੋਸਟ ਪਾਪੂਲਰ ਕਬੱਡੀ ਖਿਡਾਰੀ ਦਾ ਪ੍ਰਿੰਸ ਆਫ ਕਬੱਡੀ ਖੁਸ਼ੀ ਦੁੱਗਾ ਤੁਹਾਨੂੰ ਸਾਡੀ ਅੱਜ ਦੀ ਇੰਟਰਵਿਊ ਕਿੱਦਾਂ ਲੱਗੀ ਜ਼ਰੂਰ ਆਪਣੇ ਕਮੈਂਟ ਕਰ ਰਿਹਾ ਸਾਡੀਆਂ ਪੁੱਜੀਆਂ ਹੋਈਆਂ ਮਾਰੀ ਅਗਸਤੀਆਂ ਦੇ ਅਗਲੀ ਰੇਡ ਕਹਿੰਦੇ ਘਰਿਆਲੇ ਦੇ ਨੌਜਵਾਨ ਨੇ ਪਾ ਦਿੱਤੀ ਹੈ ਸਰਦਾਰੀ ਵੀ ਕਾਇਮ ਹੈ ਪਰ ਉੱਧਰ ਕਹਿੰਦੇ ਭਗਵਾਨਪੁਰ ਵਾਲੇ ਚਾਰਾਂ ਜਾਫੀਆਂ ਦੇ ਵਿੱਚੋਂ ਆਹ ਜਾਫੀ ਦਾ ਵੀ ਅੱਜ ਕੱਲ੍ਹ ਨਾਂ ਚੱਲਦਾ ਹੈ ਇਹ ਕੌਣ ਹੈ ਇਹ ਕਹਿੰਦੇ ਹਾਕਮ ਵਾਲੀ ਆ ਜੱਗੂ ਹੈ ਉਹ ਮੁੰਡਾ ਮੂਹਰੇ ਹੋ ਕੇ ਜੱਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉੱਠਦੇ ਹੋਏ ਪੈਰ ਦੇ ਨੰਬਰ ਜਿਹੜਾ ਉਹ ਰੇਡਰ ਦੇ ਉਸੇ ਜਾ ਜਿਹੜਾ ਹੈ ਨੰਬਰ ਕਹਿੰਦੇ ਘਰਿਆਲੇ ਦੀ ਟੀਮ ਦੇ ਉਸੇ ਦੇ ਵਿੱਚ ਜਾ ਜਿਹੜਾ ਹੈ ਅਗਲੀ ਰੇਡ ਨਗਲੇ ਵਾਲਾ ਕਾਕਾ ਆ ਗਿਆ ਕਾਰੀ ਸਾਰੀ ਵਾਲਾ ਕਾਕਾ ਵੀ ਦੁਨੀਆ ਦਾ ਮਹਾਨ ਖਿਡਾਰੀ ਹੋਇਆ ਔਰ ਸਾਹਮਣੇ ਨਗਲੇ ਵਾਲਾ ਕਾਕਾ ਕਹਿੰਦੇ ਕਬੱਡੀ ਪਾ ਰਿਹਾ ਔਰ ਸਾਹਮਣੇ ਵੇਖਦਾ ਵੀ ਜੋਗੇ ਵਾਲੀ ਆ ਗੱਭਰੂ ਕਹਿੰਦੇ ਗਗਨ ਦਾ ਵੀਰ ਕੋਸ਼ਿਸ਼ ਕਰਦਾ ਤੇ ਪੁਆਇੰਟ ਨਗਲੇ ਵਾਲਾ ਕਾਕਾ ਆਪਣੀ ਟੀਮ ਦੇ ਸਿਰ ਦੇ ਵਿੱਚ ਜੋੜਦਾ ਹੈ ਪੱਤੋ ਹੀਰਾ ਸਿੰਘ ਦਾ ਕੱਪ ਖੇਡਿਆ ਜਾ ਰਿਹਾ ਤੇ ਬੈਸਟਾਂ ਨੂੰ ਕਹਿੰਦੇ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਮੇਰੇ ਵੀਰ ਇੱਕ ਮੋਟਰਸਾਈਕਲ ਕਹਿੰਦੇ ਦੁੱਗਾਂ ਵਾਲੇ ਖੁਸ਼ੀ ਨੇ ਤਿੰਨ ਜੱਫੇ ਲਾ ਕੇ ਜਿੱਤ ਲਿਆ ਤੇ ਬਾਕੀ ਦੇ ਮੋਟਰਸਾਈਕਲ ਕਿੰਨਾ ਖਿਡਾਰੀਆਂ ਦੀਆਂ ਰੇਡਾਂ ਤੇ ਜੱਫਿਆਂ ਤੇ ਲਾਏ ਜਾਣਗੇ ਇਹ ਤੇ ਕਹਿੰਦੇ ਆਉਣ ਵਾਲਾ ਸਮਾਂ ਦੱਸੇਗਾ ਅਗਲੀ ਰੇਡ ਜਾਮਾਰਾਜ ਦੀ ਧਰਤੀ ਦਾ ਕਹਿੰਦੇ ਰੇਸ਼ਮ ਹੈ ਉੱਚਾ ਲੰਬਾ ਕੱਦ ਹੈ ਭਾਰੀ ਸਰੀਰ ਹੈ ਬੜੀ ਜਾਨ ਹੈ ਮੁੰਡੇ ਦੇ ਸਰੀਰ ਦੇ ਵਿੱਚ ਰੇਸ਼ਮ ਕਹਿੰਦੇ ਜਾਮਾਰਾਜ ਵਾਲਾ ਕਬੱਡੀ ਭਾਰ ਹੈ ਲੈ ਵੀ ਸੁਖਰਾਜ ਕਰ ਗੱਲ ਮੁੰਡੇ ਦੀ ਲਓ ਕਹਿੰਦੇ ਜਾਮਾਰਾਜ ਵਾਲੇ ਰੇਸ਼ਮ ਦੀ ਰੇਡ ਪੈ ਰਹੀ ਹੈ ਕਿ ਗੱਲਾਂ ਬਾਤਾਂ ਕਰਕੇ ਕਾਬੂ ਸ਼ੇਰ ਆਉਂਦੇ ਨਾ ਅੱਜ ਦਿਨ ਤਾਕਤ ਦੇ ਲੋਕੋ ਮੁੜ ਕੇ ਫੇਰ ਆਉਂਦੇ ਨਾ ਉਹ ਬੱਲੇ ਬੱਲੇ ਹੋਈ ਪਈ ਹੈ ਕਿ ਰਫਤਾਰ ਚਾਹੀਦੀ ਕੌਂਕਣ ਜਹਾਜ਼ ਵਾਲੀ ਜਾਂ ਫਿਰ ਭਾਖੜੇ ਦਾ ਨੀਰ ਬਣਨਾ ਪੈਂਦਾ ਏ ਰੇਡ ਪੈਂਦੀ ਨੀ ਬਿਨਾਂ ਦਿਲ ਦੇ ਸਨਮਾਨ ਸੌਖੇ ਨੀ ਉਹ ਮਿਲਦੇ ਕਬੱਡੀ ਲਈ ਤਾਂ ਲੋਕੋ ਫਕੀਰ ਬਣਨਾ ਪੈਂਦਾ ਏ ਕਬੱਡੀ ਲਈ ਤਾਂ ਲੋਕੋ ਫਕੀਰ ਬਣਨਾ ਪੈਂਦਾ ਏ ਆਹ ਨੌਜਵਾਨ ਦਾ ਪੂਨੀ ਨਾਮ ਹੈ ਇਹ ਕਹਿੰਦੇ ਹਰਿਆਣਾ ਸਟੇਟ ਨੂੰ ਬਿਲੋਂਗ ਕਰਦਾ ਹੈ ਪਰ ਭਗਵਾਨਪੁਰ ਵਾਲੇ ਚਾਰਾਂ ਜਾਫੀਆਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਉਹ ਹੱਕ ਵਾਲੀਆ ਜੱਗੂ ਕਹਿੰਦੇ ਫੇਰ ਟਰਾਈ ਕਰ ਰਿਹਾ ਹੈ ਹੱਕ ਵਾਲੀਆ ਜੱਗੂ ਤੇ ਪੂਨੀ ਹਰਿਆਣੇ ਵਾਲਾ ਉਹ ਮੁੰਡਾ ਕਹਿੰਦੇ ਵਾਟਾ ਵੜਦਾ ਤੁਰਿਆ ਆਉਂਦਾ ਹੈ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਹੈ ਧਨੌਲੇ ਵਾਲੇ ਕਾਲੇ ਨੇ ਰੇਲ ਪਾ ਦਿੱਤੀ ਹੈ ਉੱਧਰ ਸਾਡੇ ਸੁੱਖ ਬਰਾੜ ਜੀ ਪੱਤੋ
ਜੋਤ ਬਰਾੜ ਵੀ ਪੱਤੇ ਨਾਲ ਸਾਡਾ ਵੀ ਰਾਜੂ ਬਰਾੜ ਤੇ ਉਹਨਾਂ ਦੇ ਨਾਲ ਹਰਭਜਨ ਸੰਤੂ ਜੀ ਨਾਲ ਸਰਦਾਰ ਜਸਵਿੰਦਰ ਸਿੰਘ ਅਮਰਜੀਤ ਬਰਾੜ ਹਾਂ ਦਾ ਵੱਡਾ ਯੋਗਦਾਨ ਹੈ ਤੇ ਸਾਡੀ ਖੇਡ ਕਬੱਡੀ ਦੇ ਵਿੱਚ ਵੱਡੇ ਲੇਖਕਾਂ ਦੇ ਵਿੱਚ ਨਾਮ ਹੈ ਬੱਬੀ ਪੱਤੋ ਸਾਡਾ ਵੱਡਾ ਵੀਰ ਹੈ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦਾ ਹੈ ਪਰ ਇਸ਼ਾਰਾ ਹੋ ਗਿਆ ਵੀ ਨੰਬਰ ਆ ਚੋਬਰ ਨੇ ਆਪਣੀ ਟੀਮ ਦੇ ਲਈ ਜ਼ੋਰ ਦਿੱਤਾ ਹੈ ਜੋਗੇ ਵਾਲੀਆ ਰੂਪਾ ਆ ਗਿਆ ਲੈ ਵੀ ਅਮਨ ਕਰੀ ਗੱਲ ਹਾਂ ਰੂਪਾ ਜੋਗੇ ਵਾਲੀਆ ਕਬੱਡੀ ਭਾ ਰਿਹਾ ਇੱਕ ਕੰਨੀ ਵੇਖਦਾ ਵੀ ਚੀਮਿਆਂ ਵਾਲਾ ਲੱਖਾ ਲੱਗਿਆ ਹੋਇਆ ਦੂਸਰੀ ਕੰਨੀ ਤੇ ਅੱਜ ਦੇ ਟਾਈਮ ਦਾ ਮੁੰਡਾ ਕਹਿੰਦੇ ਚੋਟੀ ਦਾ ਖਿਡਾਰੀ ਹੈ ਹੱਕ ਮਾਰੀਆ ਜੱਗੋ ਉਹ ਵੇਖਦਾ ਵੀ ਕਰਦਾ 28 ਪਰ ਪੁਆਇੰਟ ਜੋਗੇ ਵਾਲੀਆ ਰੂਪਾ ਆਪਣੀ ਟੀਮ ਦੇਸੇ ਦੇ ਵਿੱਚ ਜੋੜਦਾ ਹੋਇਆ ਘਰਿਆਲੇ ਦੀ ਟੀਮ ਦੇ ਲਈ ਲੱਖਾਂ ਵਰਗਿਆਂ ਕਿਤਾਬਾਂ ਦਾ ਕਰ ਗਿਆ ਮਾੜੀ ਵਾਲਾ ਸ਼ਕੰਦਰ ਆ ਗਿਆ ਬਾਗੇ ਪੁਰਾਣੇ ਇਲਾਕੇ ਦਾ ਪੂਰਾ ਚੋਟੀ ਦਾ ਖਿਡਾਰੀ ਹੈ ਇਹ ਮੁੰਡਾ ਕਹਿੰਦੇ ਸਿਰੇ ਦਾ ਖਿਡਾਰੀ ਹੈ ਸਿਕੰਦਰ ਮਾੜੀ ਦੀ ਧਰਤੀ ਦਾ ਬਾਹਾਂ ਖਿਡਾਰੀ ਇਹੋ ਜਿਹੇ ਨੇ ਪਈ ਹੋਈ ਰੇੜ ਹੈ ਆਹ ਵੇਖਦਾ ਵੀ ਘਰਿਆਲੇ ਵਾਲਾ ਗੱਭਰੂ ਕੋਸ਼ਿਸ਼ ਕਰਦਾ ਤੇ ਪੁਆਇੰਟ ਮਾੜੀ ਵਾਲਾ ਸਿਕੰਦਰ ਆਪਣੀ ਟੀਮ ਦੇਸੇ ਦੇ ਵਿੱਚ ਭਗਵਾਨਪੁਰ ਦੀ ਖੇਡ ਕਲੱਬ ਦੇ ਲਈ ਜੋੜਦਾ ਹੋਇਆ ਹੈ ਅੱਜ ਗੁਰਦਿੱਤ ਵੀ ਆਇਆ ਕਹਿੰਦੇ ਟਾਰਜਨ ਕਬੱਡੀ ਦਾ ਲਾਲਪੁਰੀਆ ਮੰਨਾ ਵੀ ਆਇਆ ਚੋਲਾ ਸਾਹਿਬ ਵਾਲਾ ਅਰਸ਼ ਵੀ ਆਇਆ ਸੱਤੂ ਵੀ ਆਇਆ ਕਹਿੰਦੇ ਖੰਡੂਰ ਸਾਹਿਬ ਦੀ ਧਰਤੀ ਦਾ ਦੁਨੀਆ ਦੇ ਮਾਣ ਖਿਡਾਰੀ ਅੱਜ ਪੱਤੋ ਹੀਰਾ ਸਿੰਘ ਦੀ ਖੇਡ ਗਰਾਊਂਡ ਪਹੁੰਚੇ ਹੋਏ ਆ ਆਹ ਜੰਗੀਆਣੇ ਵਾਲਾ ਗੁਰਪ੍ਰੀਤ ਜੰਗੀਆਣੇ ਵਾਲਾ ਗੁਰਪ੍ਰੀਤ ਜਫਾ ਲਾ ਪਾਉ ਜਾਨੇ ਆਹ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਦਾ ਜਿਹੜਾ ਬੇਅੰਤ ਸਿੰਘ ਜੀ ਨੰਗਲ ਉਹਨਾਂ ਦਾ ਵੱਡਾ ਯੋਗਦਾਨ ਪੁੱਜਿਆ ਪ੍ਰਬੰਧਕ ਵੀ ਰੱਖ ਰਿਹਾ ਹੈ ਆਹ ਨੌਜਵਾਨ ਨੇ ਕਹਿੰਦੇ ਲੋਹਾਰੇ ਦੇ ਵਿੱਚੋਂ 855 ਟਰੈਕਟਰ ਜਿੱਤਿਆ ਹੈ ਰਾਜੂ ਕਹਿੰਦੇ ਕੋਟਲਾ ਭਰੀ ਵਾਲਾ ਰੇਡ ਪਾ ਰਿਹਾ ਹੈ ਪਰ ਦੂਜੇ ਪਾਸੇ ਰਾਣੀ ਬਲਾ ਪਿੰਡ ਦਾ ਤੋਤਾ ਕੋਸ਼ਿਸ਼ ਕਰ ਰਿਹਾ ਹੈ ਕਿ ਖੇਡ ਦੇ ਮੈਦਾਨ ਵਿੱਚ ਗੁੱਟ ਹੋਵੇ ਫੜਿਆ ਹਿੰਦ ਪਾਕ ਜੱਗ ਵਾਂਗੂ ਮੈਚ ਹੋਵੇ ਅੜਿਆ ਸੁਣਦੀ ਹੈ ਤਾੜੀ ਜਾਂ ਚੀਕ ਕਿਸੇ ਬਾਬੇ ਦੀ ਖੇਡ ਆ ਕਬੱਡੀ ਲੋਕੋ ਪਹਿਲੇ ਪਹਿਲੇ ਦਾਬੇ ਦੀ ਖੇਡ ਆ ਕਬੱਡੀ ਲੋਕੋ ਪਹਿਲੇ ਪਹਿਲੇ ਦਾਬੇ ਦੀ ਉਧਰ ਕਿਸ਼ਨਗੜੀਆ ਗੁਰਦਿੱਤ ਵੀ ਆਇਆ ਹੈ ਦੁਨੀਆਂ ਟਾਰਜਨ ਆਖਦੀ ਹੈ ਉਧਰ ਨਾਲ ਕਹਿੰਦੇ ਸੱਤੂ ਖੰਡੂਰ ਸਾਹਿਬਿਆ ਵੀ ਆਇਆ ਹੈ ਆਓ ਘਰਿਆਲੇ ਦੇ ਸਿੰਘ ਦੀ ਰੇਡ ਪੈ ਰਹੀ ਹੈ ਮੈਨੂੰ ਲੱਗਦਾ ਵੀ ਸਿੱਖ ਤੇ ਭੀੜਾਂ ਪੈ ਗਈਆਂ ਉਹ ਫੜਿਆ ਹੋਇਆ ਗੋਟਾ ਵੱਜੀ ਹੋਈ ਕੈਂਚੀ ਹੈ ਲੱਗਾ ਹੋਇਆ ਜ਼ੋਰ ਤੇ ਫੈਸਲਾ ਦਿੜਬੇ ਵਾਲੇ ਡੈਣੀ ਦਾ ਹੋ ਗਿਆ ਵੀ ਨੰਬਰ ਜਾਫੀਆਂ ਦੇ ਹਿੱਸੇ ਦਾ ਜਿਹੜਾ ਹੈ ਅਗਲੀ ਰੇਡ ਪਰ ਮੈਨੂੰ ਲੱਗਦਾ ਵੀ ਵਾਟਰ ਬ੍ਰੇਕ ਹੋ ਗਈ ਹੈ ਅਗਲੀ ਵਾਟਰ ਬ੍ਰੇਕ ਇਸ ਚੱਲਦੇ ਹੋਏ ਮੁਕਾਬਲੇ ਦੀ ਹੋ ਗਈ ਹੈ ਅਗਲਾ ਮੈਚ ਕਿਹੜੀਆਂ ਟੀਮਾਂ ਦਾ ਕਰਵਾਉਣਾ ਸਾਨੂੰ ਜ਼ਰੂਰ ਦੱਸਿਆ ਜਾਵੇ ਅਗਲਾ ਮੈਚ ਕਿਹੜੀਆਂ ਟੀਮਾਂ ਦਾ ਕਰਵਾਉਣਾ ਡੱਗੋ ਰਵਾਣੇ ਵਾਲਾ ਕਹਿੰਦੇ ਸ਼ਰਨਾ ਵੀ ਆਇਆ ਜਿਹੜੇ ਜਿਹੜੇ ਸ਼ਰਨੇ ਦੀ ਖੇਡ ਨੂੰ ਪਿਆਰ ਕਰਦੇ ਤਾੜੀਆਂ ਮਾਰਨਗੇ ਜ਼ੋਰਦਾਰ ਅਗਲਾ ਰਵਾਣੇ ਵਾਲੇ ਸ਼ਰਨਾ ਬੀਬੀਐਸ ਕਲੱਬ ਰੁੜਕਾ ਤੇ ਬੇ ਆਫ ਪਲੈਂਟੀ ਨਿਊਜ਼ੀਲੈਂਡ ਦੋਨੇ ਟੀਮਾਂ ਆ ਜਾਣਗੀਆਂ ਇੱਧਰ ਸਾਡਾ ਵੀਰ ਹੈਂਡੀਕੈਪਟ ਹੈ ਉਹ ਵੀ ਆਪਣੀ ਕਲਾ ਦਿਖਾ ਰਿਹਾ ਲੈ ਵੀਰਿਆ ਜਲਦੀ ਦੇ ਨਾਲ ਬੋਤਲ ਤੇ ਖੜ ਕੇ ਜਿਹੜਾ ਪਰਿਵਾਰ ਦਾ ਗੁਜ਼ਾਰਾ ਇਹਨਾਂ ਟੂਰਨਾਮੈਂਟਾਂ ਤੋਂ ਚੱਲਦਾ ਹੈ ਪਹਿਲੀ ਵਾਟਰ ਬ੍ਰੇਕ ਤੋਂ ਬਾਅਦ ਮੁਕਾਬਲੇ ਦੀ ਫਿਰ ਸ਼ੁਰੂਆਤ ਹੋਣ ਜਾ ਰਹੀ ਹੈ ਪੁੱਜੀ ਹੋਈ ਸਾਰੀ ਸੰਗਤ ਦਾ ਛੋਟੇ ਛੋਟੇ ਬੱਚਿਆਂ ਦਾ ਪਿਤਾ ਸਮਾਨ ਬਜ਼ੁਰਗਾਂ ਦਾ ਨੌਜਵਾਨ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆ ਇੱਕ ਤਾੜੀ ਮਾਰਦੇ ਇਸ ਵੀਰ ਦੇ ਲਈ ਜ਼ੋਰਦਾਰ ਇਹ ਭੁੱਖਾ ਪੇਟ ਬਹੁਤ ਕੁਝ ਕਰਾਉਂਦਾ ਹੈ ਪਰ ਕਹਿੰਦੇ ਮੈਚ ਵੀ ਬੜਾ ਵਧੀਆ ਚੱਲ ਰਿਹਾ ਆਓ ਇਸ ਕਰਤੱਵ ਤੋਂ ਬਾਅਦ ਲੈ ਵੀ ਬਾਈ ਆਪਾਂ ਫਿਨਿਸ਼ ਕਰ ਦਈਏ ਆਪਣੇ ਕਰਤੱਵ ਨੂੰ ਮੁਕਾਬਲਾ ਇੱਕ ਤਾੜੀ ਮਾਰ ਦਿਓ ਜ਼ੋਰਦਾਰ ਖਾਲਸਾ ਜੀ ਇੱਟਾਂ ਇੱਧਰ ਦੀ ਸਾਈਡ ਕਰ ਦਿਓ ਤੁਸੀਂ ਆਪ ਲਓ ਜਲਦੀ ਦੇ ਨਾਲ ਮੁਕਾਬਲੇ ਦੀ ਸ਼ੁਰੂਆਤ ਹੋ ਗਈ ਕਾਕਾ ਕਹਿੰਦੇ ਨਗਲੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ 23 ਤਰੀਕ ਕਹਿੰਦੇ ਭਾਗੀ ਕੇ ਪਿੰਡ ਦੇ ਵਿੱਚ ਰੌਣਕਾਂ ਲੱਗ ਰਹੀਆਂ ਹੈ ਲਓ ਤਰਵੰਡੀ ਸਾਬੋ ਦੇ ਲਾਗੇ ਨਗਲਾ ਪਿੰਡ ਹੈ ਉਹ ਕਾਕੇ ਦਾ ਮੁੱਠੀ ਪਰ ਸਰੀਰ ਆ ਪਰ ਦੁਨੀਆਂ ਦੇ ਵੱਡੇ ਸਟਾਰਾਂ ਨੂੰ ਵਕਤ ਪਾ ਦਿੰਦਾ ਹੈ ਤਾਂ ਪਈ ਹੋਈ ਰੇਡ ਉਹ ਰਾਣੀ ਵਾਲਾ ਪਿੰਡ ਦਾ ਤੋਤਾ ਕੋਸ਼ਿਸ਼ ਕਰ ਰਿਹਾ ਹੈ ਪਰ ਨੰਬਰ ਤੇ ਕਹਿੰਦੇ ਰੇਡਰ ਦੇ ਉਸੇ ਦਾ ਜਿਹੜਾ ਹੈ ਪੁਆਇੰਟ ਕਹਿੰਦੇ ਭਗਵਾਨਪੁਰ ਦੀ ਖੇਡ ਕਲੱਬ ਦਾ ਹੈ ਅਗਲੀ ਰੇਡ ਕਹਿੰਦੇ ਜਰਮਨਜੀਤ ਸਿੰਘ ਪੂਰਾ ਨਾਮ ਹੈ ਪਰ ਕਬੱਡੀ ਦੀ ਦੁਨੀਆਂ ਦੇ ਵਿੱਚ ਲੱਡਾ ਵਾਲਪੁਰੀਆ ਕਰਕੇ ਫੇਮਸ ਹੋਇਆ ਤਾਂ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਇੱਕ ਪਾਸੇ ਕਹਿੰਦੇ ਮਾਝੇ ਦਾ ਮਜੈਲ ਸੁਖਮਨ ਅਰਸ਼ ਵੀ ਆਣ ਕੇ ਸੈਂਟਰ ਦੇ ਵਿੱਚ ਲੱਗ ਗਿਆ ਨਾਲ ਗੁਰਪ੍ਰੀਤ ਜੰਗੀਆਂ ਆਹ ਨੌਜਵਾਨ ਸੱਤੂ ਆ ਖੰਡੂਰ ਸਾਹਿਬ ਹੀ ਆ ਉਹ ਦੇਖਾਂਗੇ ਵੀ ਕਰਦਾ ਹੋਇਆ ਕੋਸ਼ਿਸ਼ ਲੱਗਾ ਹੋਇਆ ਜ਼ੋਰ ਤੇ ਨੰਬਰ ਕਹਿੰਦੇ ਧਾਵੀ ਦੇ ਉਸੇ ਦਾ ਜਿਹੜਾ ਹੈ ਪੁਆਇੰਟ ਕਹਿੰਦੇ ਰੇਡਰ ਦਾ ਹੈ 24 ਤਰੀਕ ਕਹਿੰਦੇ ਬੀਟਾ ਸਾਹਿਬ ਦੇ ਖੇਡ ਮੇਲੇ ਦੀ ਹੈ ਜਾਮਾ ਰਾਜ ਦੇ ਰੇਸ਼ਮ ਦੀ ਰੇਡ ਦੀ ਅਮਨ ਗੱਲ ਕਰਦਾ ਹੋਇਆ ਲਓ ਰੇਸ਼ਮ ਜਾਮਾ ਰਾਜ ਵਾਲਾ ਕਬੱਡੀ ਭਾ ਰਿਹਾ ਮੇਰੇ ਵੀਰ ਰੇਸ਼ਮ ਜਾਮਾ ਰਾਜ ਵਾਲਾ ਮਾਝੇ ਵਾਲਾ ਭਗਵਾਨਪੁਰ ਦੀ ਟੀਮ ਵੱਲੋਂ ਰੇਡ ਪਾਉਣ ਦੇ ਲਈ ਵਾਧਾ ਹੋਇਆ ਮੈਦਾਨ 'ਚ ਵੇਖਦਾ ਵੀ ਜੋਗੇ ਵਾਲੀ ਹੈ ਕੋਸ਼ਿਸ਼ ਕਰਦਾ ਪਰ ਰੇਸ਼ਮ ਜਾਮਾ ਰਾਜ ਦੀ ਧਰਤੀ ਦਾ ਤਕੜਾ ਨੰਬਰ ਆਪਣੀ ਟੀਮ ਦੇਸੇ ਦੇ ਵਿੱਚ ਜੋੜਦਾ ਹੈ ਸੈਮੀ ਫਾਈਨਲ ਦੀਆਂ ਟੀਮਾਂ ਨੂੰ ਵੀ ਬੇਨਤੀ ਹੈ ਵੀ ਟੀਮਾਂ ਜਲਦੀ ਨਾਲ ਰੈਡੀ ਰਹਿਣਗੀਆਂ ਬੇ ਓਪਲੈਂਟੀ ਨਿਊਜ਼ੀਲੈਂਡ ਤੇ ਬੇਬੀਐਸ ਰੁੜਕਾ ਦਾ ਪਹਿਲਾ ਸੈਮੀ ਫਾਈਨਲ ਖੇਡਿਆ ਜਾਵੇਗਾ ਉਧਰ ਕੀ ਇਸ਼ਾਰਾ ਹੈ
नायब सिंह डेने दिड़बे वाले का भी पॉइंट रेडर ने अपनी टीम दे जोड़ दिता है। अगली रेड पिंडे का वीर है कहते काला धनौले की धरती का कबड्डी पाने लिए मैदान च वाधा होया है। धनौले वाले काली भी रेड पै रही है ना कहते काला धनौले वाला है अज के टाइम का चोटी का रेडर है पर घरियाले के चारा जाफिया के एक पासे गिंद भूरिया बड़ा लग्या है पर वह मुंडे ने कमाल ही करती है वाह गिबरू का स्वाद ही लिया दिता है एक जानदार जफा लाके बल्ले बल्ले कमा दिती है। अगली रेड चोगे वाली रूपा है जेड़े पिंड का गगन तकड़ा खेलता है उसे पिंड के रूपे ने रेड पा दी है आओ सुखमन का वीर मुंडा माझे का मजैर आओ कहते डीटीए कबड्डी का अर्श चोले वाला टुट के बूहे हो गया वाह तेरे सुख अर्श चोला साहब वाला ताड़िया जोरदार मार दो मेरे वीर एन सिरे के खिलाड़ी आए हैं नवी दर्शक मिले गए खिलाड़ी बढ़िया लगे एक प्रबंधक ने रही ताड़ी मार दो जोरदार दुनिया के बड़े स्टार कहते अज पत्तो आए हुए हैं माड़ी वाला शिकंदर कहते संतू का यार रेड पा रहा है माड़ी का मेला भी आ रहा है लो पई हुई रेड से हम चारों के कौन बल्ले बल्ले करावेगा पर डबल टच हो गया गुरजीत सिंह जी लंघे उन्होंने इशारा कर दिता नंबर रेडर का अगली रेड का भी अमन करी गल लाओ सामने कबड्डी पाने की फिर खिलाड़ी बाद आया है एक एक कनी ते कहते कडोर साहब वाला सत्तू लग्या होया है नाल चीमे वाला लखा है नाल जंगियाने वाला कहते गुरप्रीत लग्या है ते दूसरे पासे अर्श चोला साहब वाला है चार जाफी कहते हैं कहते सिरे दे है पर वेखदा भी कंडूर साहब वाला सत्तू कोशिश करता है ते पण धावी ने अपनी टीम देसे दे विच जोड़ दिता है उधर राजू प्रबंधक प्रबंधकों वालों पुजे हुए पुलिस प्रशासन का भी विशेष तौर पर धन्यवाद है एस एच ओ बदनी कला भी पुजे हुए है एस एच ओ अजीत वालों भी पुजे हुए है जिन्ना भी प्रशासन पुजा हुआ प्रबंधकों के भी धन्यवाद है और राजू कहते कोटला भड़ी वाला है एक तकड़ा नंबर अपनी टीम के लिए जोड़ के कामयाब हो गया है अगली रेल कहते घरियाले की खेल क्लब का सिंह सरदार नौजवान पाने के लिए तैयार बर तैयार है कि सन 1699 दिन सी विसाखी का गुरु गोबिंद सिंह जी ने बीड़ा चक्या धर्म की राखी का चिड़िया तो सिख बाज बनाते सवा लख के भारू पैंदे है दस्तारा वाले शेरां नूं सिख गुरु दे कहते हैं पर उधर कहते चोले वाले अर्श ने एक चोटी का जफा ला के बल्ले बल्ले करवा दी है अगली कबड्डी काका नगले वाला पाने के लिए तैयार बर तैयार है काका आ गया कहते नगले की धरती का मेरे वीर उत्तरवंडी साबो के इलाके का अज के कपली सुख बराड़ पत्तो होना के बड़े योगदान है लभी नंगल होना के कहते बड़े योगदान है लभी नंगल कहते कनेडा तो चेचे तौर पर पुजे है अपने पिंड नंगल कहते 27 तरीक न मेजर लीग कबड्डी फेडरेशन का बड़ा कप करवाने जा रहे हैं तख्त पुरी सुखे होने के बड़े योगदान पर वेखदा भी नगले वाले काके जफा लग गया मेरे वीर नगले वाले काके जफा लग गया अगली रेड लड्डा बलपुरी है कबड्डी पाने लिए फिर मैदान तैयार है चार जाफी भी कहते तैयार है कि चार खड़े जाफी धावी आ गया भज के कौन खिचो गेटे कौन लगू भज के किदे मोटे पटकी दे डौले पे गुंदे है ये धरत मेरे पंजाब दी इत्थे शेर ही पैदा होंदे है आ शेरां दीआं झड़पां हो गईआं शेरां दी टक्कर चल रही है और एक पासे लड्डा बलपुरी है पर दूजे पासे खडूर साहब दा सत्तू कोशिश कर रहा है जमाराई का रेशम रेल पा रहा है अज पत्तो कहते कई बुलेट दिते जा रहे हैं एक बुलेट बेस्ट रेडर के लिए है एक बुलेट बेस्ट जाफी के लिए है एक कहते रौते वाले गिल के लिए है मोटरसाइकिल सरमान के है पर सामने गल मुश्किल बन गई है और कहते तोता नौजवान राणी बला की धरती का कि की तो की गल बन गई कोई गल भी समझ ना आवे तकड़े को बल पै गया तो तंग ना लपेटिया जाए तो कूनी हरियाणे की पई हुई रेल है हम भगवानपुर का किड़ा जाफी जफा लावेगा और लखा चीमिया वाला है टुट के मूहे हो गया मैंने लगता भी गल मुश्किल बन गई है पर रेडर भी बड़ा तेज है बड़ा शार्प है बड़ा स्पीडी है बड़ा शोर है एक जानदार नंबर जोड़ गया है अगली रेड माड़ी वाला शिकंदर अमन करी गल लो माड़ी वाला शिकंदर आ गया मेरे भी कबड्डी पाने लिए जे स्क्रीन वाल झात मारी है तो कहते 15.5-17 अंक ने हुण तक दे कोई ज्यादा फर्क नहीं है मेरे वीर लाइव कबड्डी.com ते अज दा कप कहते लाइव दिखाया जा रहा है पर पॉइंट माड़ी वाला शिकंदर अपनी टीम दे सिर दे जोड़ दा है अगली रेड जोगे वाली रूपा आ गया जोगे वाला पिंड गगन ने प्रसिद्ध किया है और सामने रूपे ने कबड्डी पा दी है एक कनी लखा है नाल कहते खंडूर साहब वाला सत्तू है ते नाल मैं वेखदा भी गुरप्रीत पर चीमिया वाला लखा है
नूर महल इलाके का खिलाड़ी जफा लैके बल्ले बल्ले करवा गया। अगली रेड कोटला भाड़ी पिंड है, कहते राजू का समराने एरिए का मुंडा सिख सरदार कबड्डी पा रहा सुखराज कार गल आओ कहते सरदार की रेड पै रही है स्क्रीन पर झात मारी है अद्धे नंबर के फर्क न मैच चल रहा है अद्धे नंबर का फर्क है पर मैं लगता भी फिर और गल मुश्किल बन गई है और रानी बला का तोता है भाई जो मैच बढ़िया लग रहा कटारी मार दो जोरदार और तोता कहते रानी बला पिंड है जफर लाके बल्ले बल्ले करा गया है अद्धे नंबर का ही फर्क फेर है पर पई हुई रेड आओ कहते डीटीओ कबड्डी का टुट के मूहे हो गया है पर रेडर भी बड़ा तेज है आओ मुंडा कहते सिंध की घोड़ी वर गया है एक तकड़ा नंबर अपनी टीम के लिए जोड़ने में कामयाब हो गया है सरदार साधु सिंह बराड़ पत्ते वाले वो भी विशेष तौर पर पुजे हुए हैं सरदार साधु सिंह बराड़ उन्होंने इतने आने धन्यवाद करते हैं आओ काके नगले की पई हुई रेड है चार जाफिया कौन बल्ले बल्ले करावेगा और चारे जाफी कहते कमाल हैं और रखा ढाते हाथ पर नगले वाला काका एक तकड़ा नंबर अपनी टीम के लिए जोड़ने में कामयाब हो गया है हिजर लीग कबड्डी फेडरेशन टोनी संधु जी रुड़का करा वाले भी पुजे हुए हैं जथेदार हाकम सिंह जी टोना बारे वाली है उन्होंने भी वाला सहयोग है भरमी हाजरी है मेन ऑर्गेनाइजर इस फेडरेशन के और सामने पई हुई रेड हरियाणे वाला टोनिया के दूजे पास जंगियाने का गुरप्रीत है मैं लगता भी रेडर सेल्फ आउट ही हो गया अपने आप ही ग्राउंड बाहर चला गया है नंबर जोड़ा है वो बाफी आता है हाफ समा हो गया हाफ समा हो गया ते जेड़ा पॉइंटा का लेखा जोखा है बाबा भगवान सिंह कबड्डी क्लब भगवानपुर दे नंबर है दर्शक भीर 19 ते भाई लखवीर सिंह कबड्डी अकैडमी घरियाला दे नंबर है 19 19 ते 19 अद्धे का फर्क है कोई 12 फर्क नहीं ते अद्धा समा बीत गया हुण रहिंदे अद्धे समय च कि टीम बाजी मारेगी ये ते रब जानदा पर कहना औखा है भी कौन बाजी मारेगा उधर साढ़े दरमान जिन्हिया भी रिस्पेक्टेड हस्तियां पुजिया एस एच ओ नवप्रीत सिंह जी थाना बदड़ी कलां उन्हों का विशेष तौर पर धन्यवाद करते हैं नाल ही एस एच ओ पलविंदर सिंह जी बदड़ी कलां भी विशेष तौर पर पुजे हुए हैं नाल सरदार बलविंदर सिंह जी मुख्य मंत्री थाना बदड़ी कलां ए एस आई पाल सिंह जी पुजे हरदीप सिंह जी पुजे हैं उन्होंने विशेष तौर पर धन्यवाद करते हैं जिन्हिया भी रिस्पेक्टेड शख्सियत गुरप्रीत सिंह जी बारे वाला भी पुजे हुए उन्होंने भी धन्यवाद करते हैं मनजीत सिंह जी डी एस पी निहाल सिंह वाला इंस्पैक्टर सुरजीत सिंह जी थाना निहाल सिंह वाला नाल ही नवप्रीत सिंह जी उन्होंने भी धन्यवाद पलविंदर सिंह थाना जीतवाल सुखजिंदर सिंह जी इंचार्ज ने स्पैशल सैल ने वो भी साढ़े विचार ने नाल सरजीत सिंह जी रेडर डी एस पी निहाल सिंह वाला बलजिंदर सिंह जी मुख्य मुंशी थाना बद्दरी ते नाल जसपाल सिंह मुख्य मुंशी थाना निहाल सिंह सारिया रिस्पैक्टेड हस्तियों का धन्यवाद है लो इस समय कहते नौजवान गभरू गुरजीत कबड्डी पा रहा है पट्टी वाला आओ देखते हैं भी मेला कहते पत्तो हीरा सिंह की धरती से है आओ दुनिया का बड़ा कठ जुड़िया हुआ है पर सामने फैसला हो गया भी पॉइंट गुरजीत ने अपनी टीम के हिस्से जोड़ दिता आ नौजवान का कहते डेरा साहब के लागे करके चामा राय पेंड है आओ चामा राय वाला रेशम इस समय भगवानपुर की खेड क्लब का नौजवान गभरू बांधा हुआ कबड्डी पाने के लिए एक कन्नी के उपर आ कहते जोगे वाली गगन का वीर है सोना जोगे वाले पिंड का इस समय नौजवान गभरू कोशिश करता है पर चामा राय वाला रेशम एक लखा जो पॉइंट अपनी टीम के हिस्से जोड़ता हुआ है पुनी हरियाणे वाला आओ देख रहे हैं भी नौजवान बाबा अवतार सिंह जी हुणा दी खेड क्लब है घरियाले की टीम का है नौजवान गभरू खेड मैदान के वाधा होया है जंगियाने वाला गुरप्रीत तैयार है नाल चोला साहब का अर्छा है इधरले पासे कहते खडूर साहब भी आ सत्तू लग्या होया है पर बल कहते रेडर का उधर रौंदे वाला गिल भी विशेष तौर पर पुजा हुआ अज बुलेट नाल सम्मान हो रहा है नाल सत्ती खोटे भी साढ़े वीर पुजे हुए हैं ते नाल दविंदर मोगा जी वो भी पुजे हुए जी आखते हैं
सारे वीरां दा धन्नवाद आ कनेडा तों शेयर तौर ते पुज्जे होए आ आओ कहिंदे धनौले वाले काले दी रेड़ पै रही है काला धनौले वाला पर दूजे पासे मुंडा आ माझे दा मझाल डक्कण दी कोशिश कर रहा है पर नंबर जिहड़ा ढावी दे स्टेज आ जिहड़ा है अगली रेड़ कहिंदे जरमनजीत सिंह लड्डा बनपुरिया मोड़ दे लई तैयार बर तैयार है सरदारी भी साभी हुई है आओ कहिंदे भारी भरकम शरीर है ते इधर भगवानपुर दी खेड़ क्लब दे चार जाफी है अद्धे पॉइंट दे फर्क नाल ही मैच चल रहा है पर सत्तू खड़ू मोटरसाइकिल जीते हैं दो गड्डियां जीतियां हुई है एक फोर्ड ट्रैक्टर का जेतू आ माड़ी वाला सिकंदर कबड्डी भारिया है अज पत्तो हीरा सिंह दी खेड मैदान है जिथे दुनिया के बड़े स्टार खेले है पर उधरले पासे जोगे वाली सोने ने ना जत्था पॉइंट अपनी टीम के हिस्से जोड़ दिता है अज दे कहंदे इस वड्डे कबड्डी कप दे लई हरजीत एंड परिवार कबड्डी क्लब एम स्पोर्ट दे भी वड्डे योगदान है रामू वाली जगदेव होरी हरदीप फुल जी होरी पुजे हुए है आ समराले दे इलाके दा है राजू कोटले भड़ी वाला इहदे दादा जी कहंदे मिरखा सिंह दे नाल दौड़दे रहे है इहदे फादर साहब फुटबाल दे तगड़े डबल हो गया है नंबर कहते धावी देश आ जाए नंबर जो रेडर देश है अगली रेड काका नगले वाला पाने तैयार बार तैयार है कि बेसना ना देखे भीरे डंग सार दे बंदे कई पंजीरिया का रेड पुछ के करजे दे नेंबू कई टकाई फिरदे धक्के नाल कीतियां वे कुंडी मुछदे पेंट कोट पाके ना लुकण परदे ते चूड़ी पैड करदे ने तेती करदे आए कोई ग्रह तो बंदे होर नहीं हुंदे लिमटां ते चक्कियां ना जान इज्जतां ते अकलां नूं पैंदे कदे चोर नहीं हुंदे लिमटां ते चक्कियां ना जान इज्जतां अकलां नूं पैंदे कदे चोर नहीं हुंदे हरियाणे वाले पूनी दी रेड़ है केड़ा गबरू जफ्फा ला के बल्ले बल्ले करावेगा चोले वाला अर्श भी तैयार है आओ गुरदेव किशनगढ़िया कोशिश करता है पर नंबर रेडर का रेशम की रेड़ ना भी दरबार करी गल ना अगली रेड़ जामा राय वाला आओ माझे दा मझाण कबड्डी पा रहा है इस समय कहंदे करियाला ते भगवानपुर दोनों क्लबां दे विच सिरे दे खिलाड़ी पुजे हुए है मेला पत्तो हीरा सिंह दी गल चलदी है पत्तो दे शकीना दी गल है आओ शराबी होणा दा नेपे होणा दा पिंड है पर तोता राणी बलाह वाला इहनू कबड्डी दे विच रिंच आख रहे है और रिंच ने जफा ला दिता है और रिंच ने जफा ला दिता है अगली रेड खेड मैदान दे विच नौजवान गबरू दा कहंदे मखू दे लागे करके जोगे वाला पिंड है और रूपे ने कबड्डी पा दिती है पर टार्जन और कबड्डी दा टार्जन किशनगढ़िया गुरदे तो हो गया मूरे और वज गए धक्के मेला फैसला दा फैसला हो गया भी नंबर रेडर दे से आ जड़ा है मैच कहते हैं सिरे का चल रहा 27:30 सिरे की टक्कर सिरे की टक्कर है आओ पत्तो हीरा सिंह की धरती है उधर साडे सुखबराल जी जानकारी दे रहे हैं कि पिंदरी साडा वीर सहारन माजरे वाला है वह भी अपने साथियों समेत पुज गया है पिंदरी सहारन माजरा है उन्हों का भी अज के कबड्डी कप लिए वड्डा योगदान है मन्ना संधू कपूरे अमना सरपंच लगिया दिया वड्डे योगदान है आओ पई हुई रेड दे लखा चीबिया वाला नंबर कहते रेडर का है मैं भी दरबार सिंह एन कुंडी अड़ी हुई है लोग गल्ला करते भगवानपुर की टीम बाली भारी बड़ी है पर मैंने लगता भी घरियाले वाले पोपला लाउणगे आओ घरियाले वाले पोपला लाउणगे भगवानपुर वालों का पर मैच चल रहा है बाजी किधर नूं पलटनी है इह ते रब जाणदा है पर मैच सिरे दा चल रहा है आओ माड़ी वाले शिकंदर की रेड़ ते जोगे वाली ने कोशिश की है ते नंबर जिहड़ा है उह रेडर दे हिस्से कोनी कहिंदे हरियाणे वाला आ गया है कि कौटी वाली फिल्म चले जद रियल सब कुछ हो जाता कि पिंडे किन्ने सत्तू एक झट क्लीयर हो जाता सुखी लोगो जब हो फैसले हर पब्बा उत्ते तकदा है जग लिकरे जो तकनीक जो भिड़दे ग्राउंडा विच उदो निकले ग्राउंडा विचो अग मित्रो उदो निकले ग्राउंडा विचो अग मित्रो हाँ सिरे दी टक्कर सिरे दी टीमां बटे मल कबड्डी दे पुजे होए हाँ डीडीओ डीडीओ डीडीओ
आओ कटता चलान मित्रो, आओ चोले वाले ने जफा ला दिता है माड़ी वाला, आ भी मुंडा कहते इसे इलाके का है, आ माड़ी का मेला मशहूर है, कबड्डी के खिलाड़ी मशहूर है, सिकंदर कबड्डी पा रहा है, आ माड़ी वाले सिकंदर ने इस समय रेड पा दी है, उधरले पासे भूरिया वाले केंद्र के नाल मुकाबला है, पर टच डबल के पॉइंट कहते इस समय माड़ी वाले सिकंदर ने भगवानपुर की खेड क्लब के हिस्से जोड़ दिता है। लैवी सुखराज गोली आ गया पट्टी वाला, कहते पट्टी शहर वाले गोली ने रेड पा दी है, पर फर्क डेढ़ नंबर का चल रहा, चाबी लभिया जी जे वीर की हो गए वो फेडरेशन वाले टेबल तो जाके लिया सकता है, और नंबर कहते जाफिया के हिस्से है, नंबर कहते जाफिया के हिस्से, मैच कहना चल रहा है, एन दर्शकों की भी दंदा थले जीभ होनी है, दर्शकों की दंदा थले जीभ होनी है, क्योंकि बड़ा फर्क नहीं अद्धे पॉइंट का फर्क ही चल रहा है, भगवानपुर के 29.5 है, घरियाले वाले अद्धे नंबर के मूहे चल रहे हैं, घरियाले की टीम अद्धे नंबर न लीड कर रही है, मैनू लगता भी वाटर ब्रेक हो गई है, 3 क्वार्टर जेडे समाप्त हो गए हैं, ते 1 क्वार्टर की खेड जी बाकी रह गई है, हम थोड़े आराम दे पा ला, उस तो बाद पहला सैमीफाइनल पीवीएस रुड़का ते बे ऑफ प्लेंटी न्यूजीलैंड, ये दोनों टीमां तैयारी करके ग्राउंड के वालू आ जाए, सैमीफाइनल मैचों में रेडा के जफ्फिया से कहते मोटरसाइकिल लगने हैं, एक तो दुगा ने खुशी ने जित लिया, जेडे 7-8 हले मोटरसाइकिल होर दिते जाने हैं, वो किहड़ा खिलाड़ी जितूगा ये तो आने वाले समय की पता लगना है, पर मैच आ भी तकड़ा है, 29.5 ते कहते 31 का फर्क है, मैनू लगता भी 1 क्वार्टर की खेड रह गई है, मैं भी चोले वाले गुरदित नू कह दे, गुरदित तू सत्तू नू कह दे, सत्तू तू लखे नू कह दे, चारे रल मिल के कोई व्योतबंदी बना लो, जेडे हिसाब नाल मैच चल रहा है, मैनू लगता भी घरियाले वाले ने वह कर देना जिन्हू अज कल के मुंडे सिरा कहते हैं, और डीटीओ टुट के लग गया है, ये धक्के मार के ग्राउंड तों बाहर कढ दिता है, कि बाल माड़िया का तकड़े लै जाते प्लेयर नोट करनगे, जो बाहरली साइड टेंट लगया होया है, टीमों के प्लेयर अपना चैकअप जरा उ जरूर करवा के आन, कोई भी टीम सीधी ग्राउंड में ना आवे, आओ टीडीओ चोले वाला, चोले बल्ले 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 बल्ले, और सुखमन अर्श बल्ले बल्ले करवा गया है, और दुनिया ना चिट्ठी है, दरबार साहब टीडीओ गर्म हो गया, कहता चलान कट्टिया तो बिना गड्डी नहीं चलनी, और टीडीओ गर्म हो गया है, कहता चलान कट्टे तो बिना गड्डी नहीं चलनी, सिरे का मैच है, सिरे की टक्कर है, पत्तों के विच दर्शक कहते बड़ी दूर दराडे तो चल के आए हुए है, आए हुए दर्शकों का मुल मुड़ रहा है, इधर पत्तों वाले शराबी वालों ते खोटियां वाला छत्ती आया होया, कहते शिकारी कुत्तियां दा शौकी बड़े मान प्यार दोनों बुला रहे हैं, पुजदे कर रहे हैं, हाओ माड़ी वाला सिकंदर इस समय कहते कबड्डी पाउंदा होया है, हाओ माड़ी वाले ने रेड पा दित्ती ते तोते दा राणी बड़ा पेंडा है, पर सामने माड़ी वाला पॉइंट जुड़ गया है, लाओ लड्डा बलपुरिया, हाओ जूड़े दे उपर बन्या होया है, चिट्टे रंग दा रुमाल बड़ा फपदा है, हाओ टारजन हो बल्ले 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 टारजन ते टारजन ते बलपुरिया लड्डा है, आ टक्कर दा भी नजारा वखरा होना, ओ बल्ले बल्ले हो गई मेरे बंदो, लाओ लगा होया जोर, ओ कबड्डी 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 कबड्डी, तैनू हिक दे जोर नाल लै जाना, गल छड़नी नहीं नसीबा ते, ओ हिक दे जोर नाल लै जाना, गल छड़नी नहीं नसीबा ते, इक कबड्डी आ इत्थे ते 30 सैकिंडां दी दा चलदा धक्का ही चलदा है, पर कहिंदे राजू दी रेड आ, पर उधर भी बराबर दा बंद कट दित्ता है, गड्डा उधर भी टइयां ते हो गया, चक्के उधर भी जाम हो गया, लओ हो गई बल्ले बल्ले मेरे मित्रो, नहीं हो रही सा, और राजू कहिंदे कोटले वाला है आ ते गया, राजू वापस आया है, इन्हें लोहारे दे विचों कहिंदे 855 जित्या कबड्डियां पा के, आओ पुनी हरियाणे वाला, आओ मैं खड़ी ते
ਗੱਡੀ ਚੜ ਗਿਆ ਵੇ ਆਪ ਕੋ ਗੱਡੀ ਚੜ ਗਿਆ ਵੇ ਓ ਠਾਠਾ ਮਾਰਦਾ ਕਾਠਾ ਜ ਪੱਤੇ ਦੇ ਵਿੱਚ ਧੁੰਮ ਪਈ ਹੋਈ ਆ ਚਾਰ ਚਫੇਰੇ ਨਜ਼ਰ ਮਾਰੀਏ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਓ ਦਰਸ਼ਕਾਂ ਦਾ ਮੋਢੇ ਤੇ ਮੋਢਾ ਵੱਜਦਾ ਦਰਸ਼ਕਾਂ ਦਾ ਮੋਢੇ ਤੇ ਮੋਢਾ ਵੱਜਦਾ ਪਾਣੀ ਵਾਲੇ ਵੀ ਰੋੜ ਇਹ ਕਿੱਧਰ ਨੇ ਕੋਸ਼ਿਸ਼ ਕੀਤੀ ਹੈ ਪਰ ਨੰਬਰ ਕਹਿੰਦੇ ਰੇਂਦਰ ਦੇ ਉਸੇ ਰਾਜਣਾ ਹੈ ਪੁਆਇੰਟ ਕਹਿੰਦੇ ਧਾਵੀ ਦੇ ਉਸੇ ਰਾਜਣਾ ਹੈ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਘਰਾਲੇ ਵੀ ਖੇਡ ਕਲੱਬ ਦਾ ਨੌਜਵਾਨ ਹੈ ਚੜ੍ਹਦੀ ਬਰੇਸਤਾਨ ਵਿੱਚ ਫਿੱਟ ਗੱਭਰੂ ਹੈ ਤੇ ਚਾਰਾਂ ਜਾਫੀਆਂ ਨੇ ਵੀ ਗੁਫ਼ਤਗੂ ਕਰ ਲਈ ਹੈ ਆਹ ਸਲਾਹਾਂ ਬਣਾ ਲਈਆਂ ਕਿ ਆਹ ਸੁੱਕਾ ਨਾ ਜਾਵੇ ਆਹ ਸੁੱਕਾ ਨਾ ਜਾਵੇ ਕਿਉਂਕਿ 32 ਤੇ 36.5 ਦਾ ਮਿੰਟ ਚੱਲ ਰਿਹਾ ਕਹਿੰਦੇ ਜੇ ਚੋਲੇ ਵਾਂ ਜੱਫਾ ਲਾਉਂਦਾ ਤੇ ਰਾਜੂ ਪੱਤੋ ਯੂਐਸਏ ਵਾਂ ਭਰਾ ਸਾਡਾ ਆਖਦਾ ਵੀ ਹਰ ਜੱਫੇ ਦਾ 500 ਦੇਵਾਂਗੇ ਰਾਜੂ ਕਬੱਡੀ ਖਿਡਾਰੀ ਪੱਤੋ ਵਾਲਾ ਜਾਂ ਬਸਿਆ ਅਮਰੀਕਾ ਦੇ ਵਿੱਚ ਆਓ ਅਗਲੀ ਰੇਡ ਸੁਖਜਿੰਦਰ ਸਿੰਘ ਕਾਲਾ ਉਹ ਕਾਲਾ ਲੇਰੋਲੇ ਵਾਲਾ ਇਧਰ ਪਿੰਦਰੀ ਸਰਪੰਚ ਸਹਾਰ ਦਵਾਇਰਾ ਹੈ ਸਾਡੇ ਵੀਰ ਪੁੱਜੇ ਆਪਣੇ ਸਾਥੀਆਂ ਸਮੇਤ ਇੱਥੇ ਆਉਣ ਤੇ ਸਮੁੱਚੀ ਮੈਨੇਜਮੈਂਟ ਦੇ ਵੱਲੋਂ ਧੰਨਵਾਦ ਹੈ ਪਿੰਦਰੀ ਸਰਪੰਚ ਸਹਾਰ ਦਵਾਇਰਾ ਜਿਹੜੇ ਪਿੰਡ ਦੇ ਵਿੱਚ ਵੱਡਾ ਮੇਲਾ ਹੋਣਾ ਪਰ ਕੈਚ ਆ ਵੀ ਕਾਹਦਾ ਚੱਲ ਰਿਹਾ ਐਨ ਦੁਨੀਆ ਪੱਬਾਂ ਤੇ ਹੋ ਕੇ ਖੜ ਗਈ ਹੈ ਹਰਿਆਣੇ ਵਾਲੇ ਪੂਨੀ ਦੀ ਰੇਲ ਹੈ ਪੰਜਾਬ ਦਾ ਕਿਹੜਾ ਗੱਭਰੂ ਬੱਲੇ ਬੱਲੇ ਕਰਾਵੇਗਾ ਕਿਉਂਕਿ ਪੰਜਾਬ ਤੇ ਹਰਿਆਣਾ ਗੁਆਂਢੀ ਸਟੇਟ ਹੈ ਉਹ ਗੁਆਂਢੀਆਂ ਦੇ ਟੱਕਰ ਉਹ ਗੁਆਂਢੀਆਂ ਦੇ ਸੇਕ ਹੈ ਰੌਣੀ ਵਾਲਾ ਹਰਦੀਪ ਵੀ ਆ ਗਿਆ ਹੈ ਸਾਡੀ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਹੈ ਪਿੰਦਰੀ ਸਰਪੰਚ ਜੀ ਸਹਾਰ ਨਵਾਜਰੇ ਵਾਲੇ ਉਚੇਚੇ ਤੌਰ ਤੇ ਪੁੱਜੇ ਹੋਏ ਹੈ ਇਧਰ ਜੀ ਅਰਸ਼ ਜੱਫਾ ਲਾਉਂਦਾ ਰਾਜੂ ਪੱਤੋ ਵੱਲੋਂ ਵੀ 500 ਹੈ ਔਰ ਕਹਿੰਦੇ ਸਾਡੇ ਸ਼ਰਾਬੀ ਹੋਣਾ ਵੱਲੋਂ ਵੀ ਤੇ ਥਾਣੇ ਪਾਲ ਥਾਣੇਦਾਰ ਹੋਣਾ ਵੱਲੋਂ ਵੀ 1000 ਹੋ ਗਿਆ ਚੋਲੇ ਵਾਲਿਆ ਤੇਰੇ ਜੱਫੇ ਦਾ ਪਰ ਕਹਿੰਦੇ ਆਓ ਮਾੜੀ ਵਾਲਾ ਵਾਪਸ ਆ ਗਿਆ ਮਾੜੀ ਵਾਲਾ ਵਾਪਸ ਆ ਗਿਆ ਉਧਰ ਕਹਿੰਦੇ ਅਗਲੀ ਰੇਡ ਗੁਰਜੀਤ ਸਿੰਘ ਹੈ ਕਬੱਡੀ ਦੇ ਵਿੱਚ ਗੋਲੀ ਆਖ ਦਿੰਦੇ ਆ ਇਹਦਾ ਪੱਟੀ ਸ਼ਹਿਰ ਪੱਟੀ ਸ਼ਹਿਰ ਆਓ ਦੇਖਦੇ ਆ ਵੀ ਪੱਟੀ ਮੋੜ ਦੀ ਗੱਲ ਚੱਲਦੀ ਹੈ ਮਾਝੇ ਦੇ ਵਿੱਚੋਂ ਚੱਲ ਕੇ ਆਇਆ ਹੋਇਆ ਹੈ ਖਡੂਰ ਸਾਹਿਬ ਦਾ ਸੱਤੂ ਪਰ ਟਾਰਜਣ ਟਾਰਜਣ ਕਬੱਡੀ ਦਾ ਟਾਰਜਣ ਤੇ ਕਹਿੰਦੇ ਦੂਜੇ ਪਾਸੇ ਮੁੰਡਾ ਪੱਟੀ ਸ਼ਹਿਰ ਵਾਲਾ ਹੈ ਉਹ ਪੰਗਾ ਪਿਆ ਹੋਇਆ ਜ਼ੋਰ ਲੱਗਾ ਹੋਇਆ ਬੱਲੇ ਬੱਲੇ ਹੋਈ ਪਈ ਹੈ ਉਹ ਸਾਹਮਣੇ ਟਾਰਜਣ ਨੇ ਜੱਫਾ ਲਾਇਆ ਹੈ ਇਹ ਟਾਰਜਣ ਹੈ ਕਹਿੰਦੇ ਕਬੱਡੀ ਦਾ ਅਗਲੇ ਮੈਚ ਦੀਆਂ ਟੀਮਾਂ ਪੀਵੀਐਸ ਰੁੜਕਾ ਤੇ ਵੇ ਆਫ ਪਲੈਂਟੀ ਜਲਦੀ ਆ ਜਾਣ ਪਹਿਲਾਂ ਸੈਮੀਫਾਈਨਲ ਦੇ ਲਈ ਵੇ ਆਫ ਪਲੈਂਟੀ ਨਿਊਜ਼ੀਲੈਂਡ ਤੇ ਕਹਿੰਦੇ ਪੀਵੀਐਸ ਕਬੱਡੀ ਕਲੱਬ ਰੁੜਕਾ ਹੋਰ ਰਾਜੂ ਸਮਰਾਲੇ ਇਲਾਕੇ ਦਾ ਸਮਰਾਲੇ ਇਲਾਕੇ ਦਾ ਮਾਛੀਵਾੜਾ ਸਾਹਿਬ ਦੀ ਗੱਲ ਚੱਲਦੀ ਹੈ ਇੱਕ ਪਾਸੇ ਕਹਿੰਦੇ ਮਾਝੇ ਵਾਲਾ ਹੈ ਉਹ ਦੂਸਰੇ ਪਾਸੇ ਮਾਲਵੇ ਵਾਲਾ ਹੈ ਇਸ ਸਮੇਂ ਪੁਆਇੰਟ ਕਹਿੰਦੇ ਰਾਜੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਜੀਵਨ ਕਹਿੰਦੇ ਦਾ ਮੱਤੋਕੇ ਵਾਲਾ ਮੱਤੋਕੇ ਵਾਲਾ ਜੀਵਨ ਕਬੱਡੀ ਪਾਉਣ ਦੇ ਲਈ ਤਿਆਰ ਹੈ ਇੱਕ ਹਜ਼ਾਰ ਸ਼ਰਾਬੀ ਪੱਤੋ ਪਾਲ ਥਾਣੇਦਾਰ ਰਾਜੂ ਪੱਤੋ ਯੂਐਸਏ ਨੰਬਰ ਰੇਂਦਰ ਦਾ ਹੈ ਜੀਵਨ ਹੈ ਮੱਤੋਕੇ ਵਾਲਾ ਅਗਲੇ ਮੈਚ ਦੀਆਂ ਟੀਮਾਂ ਉਹਨਾਂ ਦੇ ਕੈਪਟਨ ਗਰਾਊਂਡ ਦੇ ਲਾਗੇ ਆ ਜਾਣ ਨਿੰਮਾ ਸੇਖਾ ਸਾਡਾ ਵੀਰ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹਨਾਂ ਖਿਡਾਰੀਆਂ ਦੀ ਇੰਟਰਵਿਊ ਜਾਂ ਜਿਹੜੀ ਟੌਸ ਆ ਸਾਡੇ ਬਿੱਦੂ ਫਰਾਲਾ ਜੀ ਉਡੀਕ ਰਹੇ ਹੈ ਵੀ ਨੈਕਸਟ ਮੈਚ ਦੀਆਂ ਟੀਮਾਂ ਦੇ ਕੈਪਟਨ ਉਹ ਜ਼ਰੂਰ ਗਰਾਊਂਡ ਦੇ ਵਿੱਚ ਸੰਪਰਕ ਕਰ ਲੈਣ ਪੀਵੀਐਸ ਰੁੜਕਾ ਤੇ ਵੇ ਆਫ ਪਲੈਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਅਗਲੀ ਰੇਲ ਪਾਉਣ ਦੇ ਲਈ ਕਹਿੰਦੇ ਪੂਨੀ ਹਰਿਆਣੇ ਵਾਲਾ ਫਿਰ ਵਾਧਾ ਹੋਇਆ 35 ਤੇ 41.5 ਦਾ ਫਰਕ ਚੱਲ ਰਿਹਾ ਮੈਚ ਕਹਦਾ ਹੈ ਸਿਰੇ ਦੀ ਟੱਕਰ ਹੈ ਚੋਲੇ ਵਾਲਾ ਅਰਸ਼ ਵੀ ਪਿਆਰ ਹੈ ਚੀਮਿਆਂ ਦਾ ਲੱਖਾਂ ਵੀ ਪਿਆਰ ਹੈ ਤੇ ਖਡੂਰ ਸਾਹਿਬ ਵਾਲੇ ਸੰਤੂ ਨੇ ਥੋੜੇ ਗੈਪ ਤੋਂ ਬਾਅਦ ਵਾਪਸੀ ਕੀਤੀ ਹੈ ਉਹ ਪੂਨੀ ਦੀ ਲੱਖਾਂ ਚੀਮਿਆਂ ਵਾਲਾ ਇਹ ਸਰਬਜੀਤ ਚੀਮੇ ਦੇ ਪਿੰਡ ਦਾ ਹੈ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਆਓ ਲੱਖੇ ਨੇ ਜੱਫਾ ਲਾਇਆ ਹੈ ਅਗਲੀ ਰੇਡ ਸਿਕੰਦਰ ਮਾਰੀ ਵਾਲਾ ਔਰ ਰਮਣੇ ਹੋਣੀ ਗੁਰਪ੍ਰੀਤ ਹੋਣੀ ਵੀ ਪੁੱਜੇ ਹੋਏ ਹੈ ਜੋਨੀ ਹੋਣਾ ਦਾ ਧੰਨਵਾਦ ਹੈ ਇਸ ਸਮੇਂ ਕਹਿੰਦੇ ਮਾਰੀ ਵਾਲਾ ਸਿਕੰਦਰ ਭੂਰਿਆਂ ਵਾਲਾ ਕਿੰਦਰ ਹੋ ਗਿਆ ਮੂਰੇ ਆਹ ਕਿੰਦਰ ਤੇ ਸਿਕੰਦਰ ਭਿੜ ਕੇ ਕਹਿੰਦੇ ਬੱਲੇ 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 ਕਿ ਕੀ ਤੋਂ ਕੀ ਗੱਲ ਬਣ ਗਈ ਕੋਈ ਗੱਲ ਨਹੀਂ ਸਮਝ ਨਾ ਆਵੇ ਉਹ ਗਿੰਦਰ ਨੇ ਸ਼ਿਕੰਦਰ ਢਾ ਲਿਆ ਤੇਰੇ ਢੇਰੀ ਨਾ ਕੋਈ ਫਿਆਵੇ ਉਹ ਗਿੰਦਰ ਨੇ ਸ਼ਿਕੰਦਰ ਢਾ ਲਿਆ ਸਾਡੇ ਭੁਪਿੰਦਰ ਸਿੰਘ ਜੀ ਹੋਣਾ ਵੱਲੋਂ ਅਰਸ਼ ਦੇ ਲਈ 500 ਰੁਪਏ ਦੇ ਮਾਣ ਪਿਆਰ ਹੈ ਘਰਿਆਰੇ ਦੇ ਨੰਬਰ ਰਹੇ ਆ 36
भगवानपुर बाजे के नंबर रहे साढ़े बयाली जे मैं बाई नजारा तारी दोनों टीमों ने ठोके मार दो आओ अज पत्तो हीरा सिंह की गल है सुख बराड़ होना का जसविंदर बाई होना का अमरजीत सिंह जी होना का राजू होना का शराबी नैबे नन्नू होना की गल है अमरे होना की गल है सोड़ रुड़की पिथो वाला शीरा अगले मैच दिया दोनों टीम आ गई है टॉस हो रही है पहला सैमी शुरू हो जा रहा है ए एस आई भोला सिंह जसवीर सिंह लाइव कबड्डी वालों आप सब का स्वागत करता मैं निमा सेखा अज के दिन पहले सैमीफाइनल मैच का जो टॉस हो जा रहा है इधर हेड लेता इन्होंने हेड बाई ने लेता साढ़े नाल सिरा पिथों ने सिरे भाई स्वागत है धन्यवाद जी लाइव कबड्डी डॉट कॉम वाले का बहुत बहुत की हाल चाल है सिरे भाई बहुत वधिया जी बस एक दो टूर्नामेंट ही खेडेगा बस चलो हम लगातार ही बहुत धन्यवाद क्योंकि स्पीकर जेडे काफी बक्से साडे कोल चल रहे ने साउंड दी काफी प्रॉब्लम आ रही है इसे करके थोड़ा जिहा कन्फ्यूजन लग जांदी है माइक ओवर टू कमेंटेटर संधु कपूर सहार माजरा अमना लगे वाला निर्मल